ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਸੁਖਬੀਰ ਬਾਦਲ ਲਈ ਸੋਹਰਿਆਂ ਤੋਂ ਆਈ ਅਜਿਹੀ ਚੰਗੀ ਖਬਰ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਅੱਜ ਸਾਰਾ ਦਿਨ ਸੂਬੇ ਅੰਦਰ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਐਲਾਨ ਉੱਪਰ ਸাবਰੀਆਂ ਨਜ਼ਰਾਂ ਟਿਕੀਆਂ ਰਹੀਆਂ ਹਨ ਪੰਜਾਬੰਦਰ 14 ਫਰਵਰੀ ਨੂੰ ਹੋਈਆਂ ਨਗਰ ਨਿਗਮ ਨਗਰ ਕੌਸ਼ਲ ਅਤੇ ਨਗਰ ਪੰਚਾਇਤੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਸਾਰੇ ਦਿਨ ਹੀ ਪੰਜਾਬੰਦਰ ਸਿਆਸਤ ਗਰਮਾ ਰਹੀ ਹੈ ਪੰਜਾਬ ਅੰਦਰ ਜਿੱਤੇ ਕਿਸਾਨੀ ਸੰਘਰਸ਼ ਚੱਲਦੇ ਹੋਏ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਥੇ ਸ਼੍ਰੋਮਣੀ ਕਾਲੇ ਦਲ ਅਤੇ ਭਾਜਪਾ ਦਾ ਗੁੱਜ ਟੁੱਟਣ ਕਾਰਨ ਸ਼੍ਰੋਮਣੀ ਕਾਲੇ ਦਲ ਨੂੰ ਪਛਾੜ ਕੇ ਕਈ ਜਗ੍ਹਾ ਉੱਪਰ ਆਪਣਾ ਦਬਦਬਾ ਬਣਾਉਣ ਵਿੱਚ ਕਾਮਯਾਬ ਰਹੀ ਜਿੱਥੇ ਕਾਂਗਰਸ ਕੇ ਸੀਟਾਂ ਉੱਪਰ ਜਿੱਤ ਪ੍ਰਾਪਤ ਕਰ ਚੁੱਕੀ ਹੈ ਉਥੇ ਭਾਜਪਾ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵੱਲੋਂ ਕਾਂਗਰਸ ਪਾਰਟੀ ਉੱਤੇ ਵੋਟਾਂ ਵਿੱਚ ਹੈਰਾਫੇਰੀ ਕਾਰਨ ਦੇ ਵੀ ਦੋਸ਼ ਲਗਾਏ ਗਏ ਹੁਣ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੋਹਰਿਆਂ ਵੱਲੋਂ ਇੱਕ ਚੰਗੀ ਖਬਰ ਸਾਹਮਣੇ ਆਈ ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ ਜਿੱਥੇ ਕੋਈ ਜਗ੍ਹਾ ਉੱਪਰ ਸ਼੍ਰੋਮਣੀ ਕਾਲੀ ਦਲ ਨੂੰ ਪਛਾੜ ਕੇ ਕਾਂਗਰਸ ਆਪਣੀ ਜਗ੍ਹਾ ਨੂੰ ਓਨਲੀ ਅੱਗੇ ਵਧ ਰਹੀ ਹੈ ਉੱਥੇ ਵਿਕਰਮ ਜਿੱਟਿਆ ਦੇ ਹਲਕੇ ਵਿੱਚ ਜਿੱਟਿਆ ਨਗਰ ਕੋਸ਼ਲ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਪਛਾੜਦੇ ਹੋਏ ਸ਼੍ਰੋਮਣੀ ਕਾਲੀ ਦਲ ਦੇ ਆਪਣੀ ਜਿੱਤ ਨੂੰ ਬਰਕਰਾਰ ਕਰਦੇ ਹੋਏ 13 ਸੀਟਾਂ ਵਿੱਚੋਂ 10 ਸੀਟਾਂ ਉੱਪਰ ਦਬਦਬਾ ਕਾਇਮ ਰੱਖਿਆ ਉੱਥੇ ਕਾਂਗਰਸ ਨੂੰ ਦੋ ਸੀਟਾਂ ਪ੍ਰਾਪਤ ਹੋਈਆਂ ਇੱਕ ਸੀਟ ਉੱਪਰ ਜਾਤ ਮਿ ਵਰਨੀ ਦਿੱਤਾ ਹਸਵਾ ਕਰਨ ਵਿੱਚ ਕਾਮਯਾਬ ਹੋਏ ਉੱਥੇ ਅੰਮ੍ਰਿਤਸਰ ਜ਼ਿਲ੍ਹਾ ਵਿੱਚ 6 ਨਗਰ ਕੋਸ਼ਲ ਦੀਆਂ ਤੇ ਨਗਰ ਪੰਚਾਇਤ ਅਤੇ ਕੁੱਲ ਠਾੜ ਚਿੱਟਾਂ ਲਈ ਟੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਜਿਨ੍ਹਾਂ ਵਿੱਚ 40 ਉਪਰ ਕਾਂਗਰਸ ਵੱਲ ਜਿੱਤ ਪ੍ਰਾਪਤ ਕੀਤੀ 25 ਅਕਾਲੀ ਦਲ ਦੇ ਤਿੰਨ ਜਾਦ ਉਮੀਦਵਾਰ ਇਸ ਤਰ੍ਹਾਂ ਹੀ RAMDAS ਵਿੱਚ ਵੀ 11 ਚਿੱਟਾਂ ਵਿੱਚ ਸ਼੍ਰੋਮਣਿੰਗ ਵਿੱਚੋਂ ਤਿੰਨ ਸ਼੍ਰੋਮਣਿਕਾਂ ਅੱਠ ਕਾਂਗਰਸ ਨੂੰ ਪ੍ਰਾਪਤ ਹੋਈਆਂ ਉੱਥੇ ਹੀ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ